ਜਿਹੜੀ ਆ ਸਾਨੂੰ ਵੀ ਉੱਥੇ ਬੁਲਾਇਆ ਗਿਆ, ਪਰ ਮਹੀਨਾ ਪਹਿਲਾਂ ਆਹ ਹੁਣ ਮੀਟਿੰਗ ਆ ਜਿਹੜੀ ਦਿਸ਼ਾ ਦੀ ਇਹ ਰੱਖੀ ਹੋਈ ਸੀ, ਅਤੇ ਇੱਦੋਂ ਬਾਅਦ ਆਸ਼ੂ ਜੀ ਅਤੇ ਮੇਰੀ 4 ਵਜੇ ਮੀਟਿੰਗ ਆ ਜਿਹੜੀ, ਉਹ ਤੋਂ 3 ਦਿਨ ਨੇ ਜਿਹੜੇ ਸਾਡੇ ਇੰਚਾਰਜ ਸਾਹਿਬ ਨੇ ਉਹ 3 ਦਿਨ ਨੇ ਉਰੇ ਪੰਜਾਬ ਦੇ ਵਿੱਚ। ਕੱਲ੍ਹ ਆਏ, ਦਰਬਾਰ ਸਾਹਿਬ ਮੱਥਾ ਟੇਕਿਆ, ਦੁਰਗਾਣਾ ਮੰਦਰ ਸਾਹਿਬ ਮੱਥਾ ਟੇਕਿਆ, ਅਤੇ ਹੁਣ 9, 10, 11 ਤਿੰਨ ਦਿਨ ਉਹ ਉਰੇ ਨੇ। ਉਹਨਾਂ 3 ਦਿਨਾਂ 'ਚ ਕਦੇ ਵੀ ਉਹਨਾਂ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ ਮੇਰੀ ਪਹਿਲਾਂ ਆਸ਼ੂਜ ਦੀ ਹਲਕੇ 'ਚ ਮੇਰੀ ਮੀਟਿੰਗ 4 ਵਜੇ, ਇਦੋਂ ਬਾਅਦ ਉਹਨਾਂ ਦੇ ਏਰੀਏ 'ਚ ਮੀਟਿੰਗ ਰੱਖੀ ਹੋਈ ਆ, ਇਸ ਕਰਕੇ ਉਹ ਅੱਜ ਦੇ ਦਿਨ ਮੀਟਿੰਗ 'ਚ ਨਹੀਂ ਗਏ। ਦੇਖੋ, ਆਪਾਂ ਕੁਛ ਨਹੀਂ ਇਸ ਗੱਲ ਬਾਰੇ ਕਹਿ ਸਕਦੇ, ਅਸੀਂ ਅੱਗੇ ਵੀ ਇਹ ਗੱਲਾਂ ਇੱਕ ਦੂਜੇ ਨੂੰ ਕਰਕੇ ਨੁਕਸਾਨ ਕਰਵਾਇਆ ਬਾਈ 'ਚ, ਅਤੇ ਹੁਣ ਇੱਕ ਵੀ ਸ਼ਬਦ ਆ ਉਹ ਕਿਸੇ ਬਾਰੇ ਮੀਡੀਆ 'ਚ ਸਾਡੇ ਵੱਲੋਂ ਨਾ ਬੋਲਿਆ ਗਿਆ ਹੈ, ਨਾ ਬੋਲਿਆ ਜਾਊਗਾ। ਇਹ ਪਾਰਟੀ ਹਾਈਕਮਾਂਡ ਦਾ ਕੰਮ ਆ, ਉਹ ਦੇਖਣ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ, ਉਹ ਉਹਨਾਂ 'ਤੇ ਆ। ਨਹੀਂ, ਮੈਂ ਕੌਣ ਹੁੰਦਾ ਸਹੀ ਗਲਤ ਕਹਿਣ ਵਾਲਾ ਜੀ, ਮੈਂ ਤਾਂ ਇੱਕ ਮੈਂਬਰ ਪਾਰਲੀਮੈਂਟ ਆ। ਨਹੀਂ, ਇਹ ਵੀ ਹਾਈਕਮਾਂਡ ਆ ਜਿਹੜੀ ਦੋਨਾਂ ਦੀ, ਤੁਹਾਡੇ ਮੂਹਰੇ ਹੀ ਆ। ਮੈਂ ਤਾਂ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਵੀ ਇਹ ਗੱਲਾਂ ਹਾਈਕਮਾਂਡ ਦੇ ਹੱਥ ਨੇ, ਇਸ ਗੱਲ ਤੋਂ ਮੈਨੂੰ ਦੱਸ ਦਿਓ ਤੁਹਾਡੇ ਮੂਹਰੇ। ਤੁਸੀਂ ਮੈਨੂੰ ਤਕਰੀਬਨ 6 ਮਹੀਨੇ ਦੀਆਂ ਤੋਂ ਵੱਧ ਇਹ ਗੱਲਾਂ ਮੈਨੂੰ ਪੁੱਛ ਰਿਹਾ। ਮੈਂ ਤੁਹਾਡੇ ਨਾਲ ਹਮੇਸ਼ਾ ਇਹੀ ਗੱਲ ਕੀਤੀ ਹੈ ਬਈ ਭਾਈ ਇਹ ਹਾਈਕਮਾਂਡ ਦਾ ਫੈਸਲਾ ਹੈ, ਅਤੇ ਹੁਣ ਕੱਲ੍ਹ ਹਾਈਕਮਾਂਡ ਦੀ ਮੀਟਿੰਗ ਆ ਜਿਹੜੀ ਸਾਡੀ ਕਮੇਟੀ ਬਣਾਈ ਆ ਜਿਹਨੇ ਕੋਆਰਡੀਨੇਟ ਕਰਨਾ ਹੈ, ਜਿਹਦੇ ਵਿੱਚ ਚੇਅਰਮੈਨ ਸਾਡੇ ਮੁਕਲ ਵਾਸਨਿਕ ਨੇ, ਜਿਹਦੇ ਮੈਂਬਰ ਗਲੋਹਟ ਸਾਹਿਬ ਨੇ, ਜਿਹਦੇ ਹੋਰ ਕਮੇਟੀ ਦੇ ਮੈਂਬਰ ਨੇ, ਉਹ ਕੱਲ੍ਹ ਸੰਦੀਪ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਲੋਕ ਰਾਜ ਸਭਾ 'ਚ, ਸੰਦੀਪ ਪਾਠਕ ਉਹ ਅਤੇ ਆਤਸ਼ੀ ਅਤੇ ਹੋਰ ਉਹਨਾਂ ਦੇ ਭਰਦਵਾਜ ਮੰਤਰੀ, 3 ਤਾਂ ਮੀਟਿੰਗ ਹੀ ਕੱਲ੍ਹ ਕਰ ਰਹੇ ਸੀ। ਅਤੇ ਇਸ ਗੱਲ ਨੂੰ ਇਹ ਗੱਲ ਨੂੰ ਹੁਣ ਮੈਂ ਕਵਾਂ ਜਾਂ ਕੀ ਕਵਾਂ, ਇਹ ਤਾਂ ਤੁਹਾਡੇ ਮੂਹਰੇ ਆ, ਸਾਰੀ ਮੀਡੀਆ ਨੇ ਤੁਸੀਂ ਕਵਰੇਜ ਦਿਖਾਈ ਆ ਵੀ ਉਹ ਇਕੱਠੇ ਮੀਟਿੰਗ ਆ। ਹਾਂ, ਇਹ ਮੀਟਿੰਗ 'ਚ ਕੀ ਹੋਇਆ, ਕੀ ਹੋਣਾ ਹੈ, ਇੱਕ ਗੱਲ ਜ਼ਰੂਰ ਉਹ 'ਚੋਂ ਨਿਕਲ ਗਿਆ ਵੀ ਦੁਬਾਰਾ ਮੀਟਿੰਗ ਜਲਦੀ ਕਰਾਂਗੇ। ਨਹੀਂ, ਉਹ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ, ਜੋ ਰਾਜਾ ਵੜਿੰਗ ਸਾਹਿਬ ਸਾਡੇ ਪ੍ਰਧਾਨ ਨੇ ਇਸ ਵੇਲੇ, ਉਹਨਾਂ ਨੇ ਇਹ ਗੱਲ ਕਹੀ ਆ ਜੋ ਅੰਮ੍ਰਿਤਸਰ ਦੇ ਵਿੱਚ, ਵੀ ਕੋਈ ਵੀ ਉਹਨਾਂ ਨੇ ਕਿਹਾ ਰੈਲੀ ਕਰ ਸਕਦਾ, ਕੋਈ ਵੀ ਜਿਹਨੇ ਬਿਆਨ ਕੋਈ ਵੀ ਦਿੱਤਾ ਹੈ ਬਿਆਨ, ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪੁੱਛੋ ਜਿਹਨੇ ਨਹੀਂ ਦਿੱਤਾ ਹੈ ਬਿਆਨ।